ਜਿਹੜੀ ਸਰਕਾਰੀ ਖੀਦ ਟੁੱਟ ਰਹੀ ਆ ਉਹਦੇ ਚ ਆੜਤੀਆਂ ਦਾ ਵੀ ਨੁਕਸਾਨ ਆ, ਮਜ਼ਦੂਰਾਂ ਦੀ ਵੀ ਨੁਕਸਾਨ ਆ, ਸਾਰੀ ਤਰ੍ਹਾਂ ਦਾ ਨੁਕਸਾਨ। ਮੈਂਬਰ ਆ ਰਾਜ ਸਭਾ ਚ, ਉਹਨਾਂ ਨੂੰ ਤੁਸੀਂ ਕਹੋ ਮੁੱਦਾ ਚੱਕੋ, ਪੰਜਾਬ ਦੀ ਜਿਹੜੀ ਅਰਥ ਵਿਵਸਥਾ ਉਹ ਕਿਸਾਨੀ ਤੇ ਖੜੀ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਆਏ ਸੀਗੇ MLA ਸਾਹਿਬ ਆਮਣ ਅਰੋੜਾ ਜੀ ਕੋਲ। ਤੁਹਾਨੂੰ ਪਤਾ ਹੀ ਹੈ ਕੱਲ੍ਹ ਅਸੀਂ ਰੋਡ 'ਤੇ ਵੀ ਪ੍ਰਦਰਸ਼ਨ ਕੀਤਾ ਸੀ, ਜਿਹੜੀ ਸਰਕਾਰੀ ਖਰੀਦ ਟੁੱਟ ਰਹੀ ਆ ਉਹਦੇ 'ਚ ਆੜਤੀਆਂ ਦਾ ਵੀ ਨੁਕਸਾਨ ਆ, ਮਜ਼ਦੂਰਾਂ ਦੀ ਵੀ ਨੁਕਸਾਨ ਆ, ਸਾਰੀ ਤਰ੍ਹਾਂ ਦਾ ਨੁਕਸਾਨ ਤੁਹਾਨੂੰ ਸਾਰਾ ਪਤਾ ਹੀ ਆ। ਬਹੁਤ ਚਿਰ ਦਾ ਇਹ ਕਿਸਾਨ ਯੂਨੀਅਨ ਨੇ ਵੀ ਮੁੱਦਾ ਚੱਕਿਆ ਅਤੇ ਅਰੋੜਾ ਸਾਹਿਬ ਨੇ ਵੀ ਚੱਕਿਆ, ਸਾਰੀ ਚੱਕ ਰਹੇ ਹਾਂ। ਅਸੀਂ ਸਪੈਸ਼ਲ ਤਾਂ ਆਏ ਸੀ, ਅਸੀਂ ਆਪਦੇ ਵੱਲੋਂ ਮੰਗ ਪੱਤਰ ਦੇਣ ਆਏ ਹਾਂ ਇਹਨਾਂ ਨੂੰ, ਕਿਉਂਕਿ ਇਹਨਾਂ ਦਾ ਮੈਂ ਸ਼ੁਰੂ ਤੋਂ ਮੰਨ ਲਓ ਮਰੀਜ਼ ਰਿਹਾ ਇਹਨਾਂ ਦੀਆਂ ਗੱਲਾਂ ਦਾ, ਕਿਉਂਕਿ ਇਹ ਨਿਧਾਰਕ ਲੀਡਰ ਆ, ਨਿਡਰ ਹੋ ਕੇ ਬੋਲਦੇ ਆ। ਹੁਣ ਇਹਨਾਂ ਨੂੰ ਤਾਂ ਮੈਂ ਇਹੀ ਬੇਨਤੀ ਕਰਨ ਆਇਆ ਸੀਗਾ ਵੀ ਤੁਸੀਂ ਇੱਕ ਤਾਂ ਇਹ ਵਿਧਾਨ ਸਭਾ 'ਚ ਮੁੱਦਾ ਚੱਕੋ, ਇੱਕ ਇਹਨਾਂ ਦੇ ਜਿਹੜੇ ਮੈਂਬਰ ਆ ਰਾਜ ਸਭਾ 'ਚ ਉਹਨਾਂ ਨੂੰ ਤੁਸੀਂ ਕਹੋ ਮੁੱਦਾ ਚੱਕੋ, ਤਾਂ ਕਿ ਮੋਦੀ 'ਤੇ ਇੱਕ ਆਵਾਜ਼ ਆਪਣੀ ਪਹੁੰਚਾਈ ਜਾਵੇ ਅਤੇ ਆਪਣੀ ਇਹ ਸਰਕਾਰੀ ਖਰੀਦ ਨਾ ਟੁੱਟੇ, ਕਿਉਂਕਿ 80% ਲੋਕ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਉਹ ਕਿਸਾਨੀ 'ਤੇ ਖੜੀ ਆ। ਇਹ MLA ਸਾਹਿਬ ਕੋਲ ਇਸੇ ਕਾਰਨ ਆਏ ਸੀਗੇ ਅਤੇ ਇਹਨਾਂ ਦਾ ਬਾਕੀ ਮੈਨੂੰ ਸੁਭਾਅ ਬਹੁਤ ਘੈਂਟ ਲੱਗਿਆ, ਬਾਕੀ ਇਹ ਮੁੱਦੇ ਰੋਜ਼ ਹੀ ਚੱਕਦੇ ਆ ਅਤੇ ਇਹਨਾਂ ਦੀ ਦਿਲੋਂ ਇੱਜ਼ਤ ਕਰਦੇ ਹਾਂ ਅਤੇ ਇਹ ਸਾਡੀ ਬੇਨਤੀ ਪ੍ਰਵਾਨ ਕਰਨਗੇ, ਇਹਨਾਂ ਨੂੰ ਅਸੀਂ ਮੰਗ ਪੱਤਰ ਦੇ ਕੇ ਚੱਲੇ। ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਤੁਹਾਡਾ ਆਪਣਾ ਅਮਨ ਅਰੋੜਾ। ਦੋਸਤੋ ਮੈਨੂੰ ਮੇਰੇ ਸਾਰੇ ਨੌਜਵਾਨ ਸਾਥੀ ਮਿਲੇ ਨੇ ਜਿਹਨਾਂ ਨੇ ਹਮੇਸ਼ਾ ਹੀ ਜਿਹੜੇ ਮੁੱਦੇ ਨੇ ਉਹ ਚੱਕਦੇ ਰਹਿੰਦੇ ਨੇ, ਔਰ ਇਸ ਵਾਰੀ ਜਿਹੜਾ ਕਿਸਾਨੀ ਦਾ ਮੁੱਦਾ ਜਿਹੜਾ ਕਿ ਪੰਜਾਬ ਦੀ ਅਰਥ ਵਿਵਸਥਾ, ਪੰਜਾਬ ਦੀ ਰੀੜ੍ਹ ਦੀ ਹੱਡੀ ਹੈ, ਉਸ ਸੰਬੰਧੀ ਮੈਨੂੰ ਮਿਲੇ ਨੇ। ਵੈਸੇ ਤਾਂ ਮੈਂ ਸਮਝਦਾ ਕਿ ਹਰੇਕ ਪੰਜਾਬੀ ਦਾ ਫਰਜ਼ ਬਣ ਜਾਂਦਾ ਕਿ ਕਿਸਾਨੀ ਜੇ ਬਚੂਗੀ ਤਾਂ ਹੀ ਪੰਜਾਬ ਦਾ ਵਪਾਰੀ, ਤਾਂ ਹੀ ਪੰਜਾਬ ਦਾ ਮਜ਼ਦੂਰ, ਕਾਮਾ, ਆੜ੍ਹਤੀਆ, ਦੁਕਾਨਦਾਰ ਪੰਜਾਬ ਦੀ ਅਰਥ ਵਿਵਸਥਾ ਤਾਂ ਹੀ ਬਚੂਗੀ। ਇਸ ਇਸ਼ੂ ਨੂੰ, ਜਿਸ ਇਸ਼ੂ ਵਾਸਤੇ ਮੇਰੇ ਸਾਥੀ ਵੀਰ ਅੱਜ ਮਿਲੇ ਨੇ ਮੈਨੂੰ, ਇਹ ਲੰਮੇ ਸਮੇਂ ਤੋਂ ਚਾਹੇ ਕੇਂਦਰ ਦੀ ਸਰਕਾਰ ਹੋਵੇ, ਪੰਜਾਬ ਸਰਕਾਰ ਹੋਵੇ, ਇਹ ਕਿਸਾਨੀ ਨੂੰ ਖਤਮ ਕਰਨ ਲੱਗੇ ਹੋਏ ਨੇ। ਪਿਛਲੇ ਦਿਨਾਂ ਜਿਹੜੇ ਖੇਤੀ ਆਰਡੀਨੈਂਸਿਸ 3 ਮੋਦੀ ਗਵਰਨਮੈਂਟ ਨੇ ਜਾਰੀ ਕੀਤੇ ਨੇ, ਉਹਨਾਂ ਦੇ ਵਿੱਚ ਇਹੀ ਹੈ ਕਿ ਜਿਹੜੀ 6% ਮਹਿਜ਼ ਅੱਜ MSP ਤਾਂ ਹੈ 22 ਫਸਲਾਂ 'ਤੇ, ਪਰ ਪਰਚੇਜ ਸਿਰਫ 2 ਹੀ ਹੁੰਦੀਆਂ ਨੇ, ਕਣਕ ਔਰ ਝੋਨਾ, ਉਹਨੂੰ ਵੀ ਖਤਮ ਕਰਨ ਲੱਗੇ ਹੋਏ ਨੇ। ਪੂਰੇ ਮੁਲਕ ਦੇ ਵਿੱਚੋਂ ਮਹਿਜ਼ 6% ਕਿਸਾਨਾਂ ਦੀ ਫਸਲ ਇਹੋ ਜਿਹੀ ਹੈ ਜਿਹੜੀ ਕਿ MSP ਦੇ ਉੱਪਰ ਐਸ਼ਿਓਰਡ ਪਰਚੇਜ਼ ਹੈ, ਜਿਹੜੀ ਉਹ ਪੰਜਾਬ ਔਰ ਹਰਿਆਣੇ ਦੇ ਵਿੱਚ ਝੋਨੇ ਔਰ ਕਣਕ ਦੇ ਉੱਪਰ ਹੁੰਦੀ ਹੈ, ਪਰ ਅਨਫੋਰਚੁਨੇਟਲੀ ਉਹਨੂੰ ਵੀ ਖਤਮ ਕਰਨ ਲੱਗੇ ਹੋਏ ਨੇ। ਅਤੇ ਹਾਥੀ ਕੇ ਦਾਂਤ ਖਾਣੇ ਕੇ ਔਰ ਦਿਖਾਣੇ ਕੇ, ਔਰ ਕਹਿੰਦੇ ਇਹ ਨੇ ਕਿਸਾਨਾਂ ਨਾਲ ਨੂੰ ਇਹਦਾ ਫਾਇਦਾ ਹੋਊਗਾ, ਉਹ ਵਨ ਨੇਸ਼ਨ ਵਨ ਮਾਰਕੀਟ ਦੀ ਗੱਲ ਕਰਦੇ ਨੇ, ਪਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਵਨ ਨੇਸ਼ਨ ਵਨ ਮਾਰਕੀਟ ਦੇਖਣਾ ਹੈ ਤਾਂ 6% ਹੈ ਜਿਹੜਾ ਇਹ ਪੰਜਾਬ ਅਤੇ ਹਰਿਆਣੇ ਨੂੰ ਛੱਡ ਦਿਉ, ਬਾਕੀ 94% ਹੈ ਜਿਹੜਾ ਉਹ ਵਨ ਨੇਸ਼ਨ ਵਨ ਮਾਰਕੀਟ ਹੀ ਹੈ। ਇੱਕ ਦੇਸ਼ ਇੱਕ ਮੰਡੀ ਹੋਏ, ਉੱਥੇ ਜਾ ਕੇ ਕਿਸਾਨਾਂ ਦਾ, ਬਿਹਾਰ ਦੇ ਵਿੱਚ, ਬੰਗਾਲ ਦੇ ਵਿੱਚ, ਤਾਮਿਲਨਾਡੂ 'ਚ, ਮਹਾਰਾਸ਼ਟਰ ਦੇ ਵਿੱਚ ਹਾਲ ਦੇਖ ਲਓ ਕਿਸਾਨਾਂ ਦਾ ਕੀ ਹੈ, ਪੰਜਾਬ ਅਤੇ ਹਰਿਆਣੇ ਨਾਲੋਂ ਵੀ ਵੱਧ 72 ਹੈ। ਪਰ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ ਅਤੇ ਉਹੀ ਕੰਮ ਹੈ ਜਿਹੜਾ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਹੁਣ ਉਹਨਾਂ ਦੇ ਜਿਵੇਂ ਕਹਿੰਦੇ ਨੇ ਨਾ ਕਿ ਪਿੰਡ ਦੇ ਘਾਰਿਆਂ ਤੋਂ ਪਤਾ ਲੱਗ ਜਾਂਦਾ ਹੁੰਦਾ ਹੈ, ਉਹੀ ਹਰਕਤਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਦੀ ਸ਼ੁਰੂ ਹੋ ਗਈਆਂ। ਜਿਹੜੀ ਮਨਟੇਕ ਸਿੰਘ ਆਲੂਵਾਲੀਆ ਦੀ ਇੱਕ ਕਮੇਟੀ ਬਣਾਈ ਸੀਗੀ ਜਿਹਦੇ ਵਿੱਚ ਪੰਜਾਬ ਦੀ ਅਰਥ ਵਿਵਸਥਾ ਨੂੰ ਕਿਵੇਂ ਠੀਕ ਕਰਨਾ ਕਰੋਨਾ ਤੋਂ ਬਾਅਦ, ਉਹਦੇ ਬਾਰੇ ਉਹਨਾਂ ਨੇ ਰਿਪੋਰਟ ਦੇਣੀ ਸੀਗੀ, ਪਰ ਉਸ ਰਿਪੋਰਟ ਦੇ ਵਿੱਚ ਵੀ ਉਹੀ ਕਿਹਾ ਗਿਆ ਜੋ ਉਹ 3 ਆਰਡੀਨੈਂਸ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਖੁੱਲ੍ਹੀ ਮੰਡੀ ਹੈ ਜਿਹੜੀ ਕਿਤੇ ਮਰਜ਼ੀ ਜਾ ਕੇ, ਜਿੱਥੇ ਮਰਜ਼ੀ ਜਾ ਕੇ ਵੇਚ ਲੈਣ। ਅੱਜ ਕਿਸਾਨ ਕੋਲ 85% ਕਿਸਾਨ ਹੈ ਜਿਹੜਾ ਉਹਦੇ ਕੋਲ ਮਹਿਜ਼ 5 ਏਕੜ ਤੋਂ ਘੱਟ ਹੈ, ਉਹ ਦੂਏ ਪਿੰਡ ਦਾ ਜੇ ਮੰਡੀ ਲੈ ਕੇ ਜਾਣਾ ਹੋਵੇ ਤਾਂ ਕਿਸੇ ਆਂਢੀ ਗੁਆਂਢੀ ਦੀ ਟਰਾਲੀ ਮੰਗ ਕੇ ਲੈ ਕੇ ਜਾਂਦਾ, ਦੂਜੀ ਸਟੇਟ 'ਚ ਕਿਹੜੀ ਜਾ ਕੇ ਉਹ ਆਪਦੀ ਫਸਲ ਵੇਚੂਗਾ। ਸੋ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲਾਂ ਨੇ। ਔਰ ਇੱਕ ਜਿਹੜੇ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2020 ਜਿਹੜਾ ਕੇਂਦਰ ਸਰਕਾਰ ਲੈ ਕੇ ਰਹੀ, ਜਿਹਦੇ 'ਚ ਡਿਸਟ੍ਰੀਬਿਊਸ਼ਨ ਹੈ ਜਿਹੜੀ ਸ਼ਹਿਰਾਂ ਦੇ ਵਿੱਚ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਹੋ ਜਾਣੀ ਹੈ, ਔਰ ਕਿਸਾਨਾਂ ਨੂੰ ਸਬਸਿਡੀ ਔਰ ਕ੍ਰੋਸ ਸਬਸਿਡੀ ਜਿਹੜੀ ਖਤਮ ਹੋ ਜਾਣੀ ਹੈ। ਮਨਟੇਕ ਸਿੰਘ ਆਲੂਵਾਲੀਆ ਜੀ ਵੀ ਉਸੇ ਗੱਲ ਦੇ ਉੱਪਰ ਤਰਕ ਦੇ ਰਹੇ ਨੇ ਕਿ ਕਿਸਾਨਾਂ ਦੀ ਜਿਹੜੀ ਫ੍ਰੀ ਬਿਜਲੀ ਹੈ ਸਬਸਿਡੀ ਉਹਨੂੰ ਖਤਮ ਕਰ ਦਿਉ, ਵੱਡੇ ਸ਼ਹਿਰਾਂ ਦੀ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਦੀ ਜਿਹੜੀ ਜਿਹੜੀ ਉਹਨਾਂ ਨੂੰ ਬਿਜਲੀ ਡਿਸਟ੍ਰੀਬਿਊਸ਼ਨ ਹੈ ਉਹ ਵੱਡੇ ਘਰਾਣਿਆਂ ਨੂੰ ਦੇ ਦਿਉ, ਤਾਂ ਕਿ ਸ਼ਹਿਰਾਂ ਨੂੰ ਚੰਗੀ ਬਿਜਲੀ ਮਿਲ ਜੇ ਅਤੇ ਜਿਹੜਾ ਪਿੰਡਾਂ ਨੂੰ ਬਿਜਲੀ ਮਿਲੇ ਨਾ ਮਿਲੇ ਇਹਨਾਂ ਨੂੰ ਅਸਰ ਕੋਈ ਨਹੀਂ ਪੈਂਦਾ ਹੈਗਾ। ਸੋ ਇਸ ਕਰਕੇ ਇਹ ਦੋਵੇਂ ਸਰਕਾਰਾਂ ਨੇ ਜਿਹੜੀਆਂ, ਕਾਂਗਰਸ ਅਤੇ BJP ਦੀ ਕੇਂਦਰ ਦੀ ਸਰਕਾਰ ਹੈ, ਕਾਂਗਰਸ ਦੀ ਪੰਜਾਬ ਸਰਕਾਰ ਹੈ, ਇਹ ਕਿਸਾਨੀ ਨੂੰ ਖਤਮ ਕਰਨ ਲੱਗੀਆਂ ਹੋਈਆਂ ਨੇ। ਪਰ ਆਮ ਆਦਮੀ ਪਾਰਟੀ, ਅਸੀਂ ਇਸ ਗੱਲ ਦੇ ਉੱਪਰ ਵਚਨਬੱਧ ਆ, ਇਸ ਗੱਲ ਦਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਪਹਿਲਾਂ ਵੀ ਕਈ ਕਰ ਚੁੱਕੇ ਅਤੇ ਅੱਜ ਇਹਨਾਂ ਮੇਰੇ ਨੌਜਵਾਨ ਸਾਥੀ ਵੀਰਾਂ ਨੂੰ ਵੀ ਕਰਦੇ ਹਾਂ ਕਿ ਚਾਹੇ ਕੇਂਦਰ ਸਰਕਾਰ, ਪੰਜਾਬ ਸਰਕਾਰ ਜ਼ੋਰ ਲਾ ਲੈਣਾ,
ਕਿ ਕਿਸਾਨਾਂ ਦਾ ਘਾਣ ਹੈ ਜਿਹੜੇ ਆਮ ਆਦਮੀ ਪਾਰਟੀ ਨਹੀਂ ਹੋਣ ਦਊਗੀ, ਕਿਉਂਕਿ ਜੇ ਕਿਸਾਨ ਦਾ ਘਾਣ ਹੋਊਗਾ ਤਾਂ ਇਕੱਲਾ ਕਿਸਾਨ ਨਹੀਂ, ਕਿਸਾਨ ਦੇ ਨਾਲ ਨਾਲ ਇੱਕ ਚੇਨ ਰਿਐਕਸ਼ਨ ਹੈ, ਇੱਕ ਕੜੀ ਦੇ ਵਿੱਚ ਇੱਕ ਲੜੀ ਦੇ ਵਿੱਚ ਬੱਝੇ ਹੋਏ ਨੇ ਸਾਰੇ। ਅਤੇ ਜੇ ਕਿਸਾਨ ਖਤਮ ਹੁੰਦਾ ਤਾਂ ਸਾਰੀ ਸਾਰੀ ਪੰਜਾਬ ਦੀ ਅਰਥ ਵਿਵਸਥਾ, ਸਾਰੇ ਜਿਹੜੇ ਸੈਕਸ਼ਨਸ ਆਫ ਸੁਸਾਇਟੀ ਨੂੰ ਖਤਮ ਹੋਣਗੇ, ਸੋ ਇਹ ਬਿਲਕੁਲ ਨਹੀਂ ਹੋਏਗਾ, ਤੁਸੀਂ ਬੇਫਿਕਰ। ਠੀਕ ਹੈ, ਠੀਕ ਹੈ। ਸਾਨੂੰ ਅਰੋੜਾ ਸਾਹਿਬ ਨੇ ਯਕੀਨ ਦਵਾਇਆ ਗਾ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ, ਵਿਧਾਨ ਸਭਾ 'ਚ ਵੀ ਮੁੱਦਾ ਚੱਕਾਂਗੇ, ਵਿਧਾਨ ਸਭਾ 'ਚ ਅਤੇ ਰਾਜ ਸਭਾ 'ਚ ਵੀ ਚੱਕਾਂਗੇ। ਅਤੇ ਇਹਨਾਂ ਦਾ ਧੰਨਵਾਦ, ਤੁਹਾਨੂੰ ਪਤਾ ਹੀ ਹੈ ਅਸੀਂ ਸਾਰੇ MLA ਕੋਲ ਹੀ ਜਾਵਾਂਗੇ, ਕਾਂਗਰਸ ਕੋਲ ਵੀ, ਅਕਾਲੀ ਕੋਲ ਵੀ, ਆਮ ਆਦਮੀ ਪਾਰਟੀ, ਸਾਰੇ MLA ਨੂੰ ਅਸੀਂ ਮੰਗ ਪੱਤਰ ਦੇ ਕੇ ਆਵਾਂਗੇ। ਅਤੇ ਬਸ ਇਹੀ ਬੇਨਤੀ ਹੈ ਜੀ, ਧੰਨਵਾਦ।